ਖੇਤ 'ਤੇ ਆਪਾਂ ਫਸਲ ਬੀਜਣੀ ਤਾਂ ਡਾਇਆ ਇਹਦੇ ਲਾਗ ਮੁੱਠੀ ਮੁੱਠੀ ਗੇਰ ਦਿਓ ਜੜਾਂ 'ਚ ਜੜਾਂ 'ਚ ਬਾਕੀ 20-25 ਫੁੱਟ ਪਰ ਆਪਾਂ ਲਾਈਨ ਲਾਉਣੀ ਹੈ ਅਤੇ ਬੇਟਾ ਜੀ ਮਾਸੜ ਕੋਲ ਉਹ ਕੈਨੇਡਾ ਹੈ ਜੀ PR ਹੈ ਜੀ ਮੁੰਡਾ ਪੱਕਾ ਜੀ ਕੈਨੇਡਾ ਅਤੇ ਮਾਸੜ ਨੂੰ ਵੀ ਬੁਲਾਉਂਦਾ ਉਹ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਮਲਕੀਤ ਬਾਈ ਚੈਨਲ 'ਤੇ ਅੱਜ ਆਪਾਂ ਆਪਣੀ ਖੇਤੀ ਵਿਦ ਮਲਕੀਤ ਬਾਈ ਦਾ ਅਗਲਾ ਐਪੀਸੋਡ ਬਣਾਉਣ ਜਾ ਰਹੇ ਹਾਂ ਵਿੱਚ ਅਸੀਂ ਤੁਹਾਨੂੰ ਪਪੂਲਰਾਂ ਦੀ ਖੇਤੀ ਬਾਰੇ ਜਾਣਕਾਰੀ ਦੇਵਾਂਗੇ ਅਤੇ ਮਾਸੜ ਜੀ ਵੀ ਆਏ ਹੋਏ ਆ ਮੇਰੇ ਨਾਲ ਉਹ ਵੀ ਦੱਸਣਗੇ ਤੁਹਾਨੂੰ ਪਪੂਲਰਾਂ ਦੀ ਖੇਤੀ ਬਾਰੇ ਅਤੇ ਮਾਸੜ ਜੀ ਦੇ ਖੇਤਾਂ 'ਚ ਆਏ ਹੋਏ ਆ ਇਹਨਾਂ ਨੇ 1 ਏਕੜ ਲਾਇਆ ਹੋਇਆ ਜੀ ਪਪੂਲਰਾਂ ਦਾ ਅਤੇ ਮਿਲੋ ਜੀ ਮਾਸੜ ਨੂੰ ਅਤੇ ਚਲੋ ਕਰਦੇ ਆ ਬਾਈ ਜੀ ਮਾਸੜ ਨਾਲ ਗੱਲਬਾਤ ਪਪੂਲਰਾਂ ਦੀ ਖੇਤੀ ਬਾਰੇ ਜਿੰਨੀ ਕੁ ਮੈਨੂੰ ਨੌਲੇਜ ਆ ਉਹ ਵੀ ਤੁਹਾਨੂੰ ਦੱਸੂਗਾ ਬਾਕੀ ਮਾਸੜ ਨੂੰ ਪੁੱਛਦੇ ਆ ਜੀ ਅਤੇ ਮਾਸੜ ਜੀ ਸ਼ੁਰੂ ਤੋਂ ਦੱਸੋ ਵੀ ਆਪਾਂ ਵੀ ਕਿਆ ਕਿਆ ਸਰਕਲ ਹੈ ਪਪੂਲਰਾਂ ਦਾ ਵੀ ਕਿੰਨਾ ਕੀ ਇਹਨਾਂ 'ਤੇ ਖਰਚਾ ਆ ਜਾਂਦਾ ਲਵਾਈ ਸ਼ੁਰੂ ਕਰਦੇ ਆਪਾਂ ਕਿਹੜੀ ਕਿਹੜੀ ਫਸਲ ਹੋ ਜਾਂਦੀ ਆ ਵਿੱਚ ਅਤੇ ਕਿੰਨੇ ਸਾਲ ਖੜਦੇ ਆ ਇਹ ਖਰਚਾ ਤਾਂ ਇਹਨਾਂ ਦਾ ਇਹ ਹੈ ਵੀ ਜੇ ਤਾਂ ਹੁਣ ਆਪਾਂ ਪਨੀਰੀ ਮੁੱਲ ਲਈਏ ਇਹਨਾਂ ਦੀ ਪਹਿਲਾਂ ਖਰਚਾ ਵੱਧ ਹੋ ਜਾਂਦਾ ਪਪੂਲਰਾਂ ਦੀ 1 ਸਾਲ ਦੀ ਪਨੀਰੀ ਹੁੰਦੀ ਹੈ ਇਹਨਾਂ ਦੀ ਤਿਆਰ ਉਹ ਫਿਰ 20 ਰੁਪਏ ਨੂੰ ਛੁੱਟੀ ਮਿਲਦੀ ਆ ਹਾਂ 20 ਰੁਪਏ ਹਾਂ ਜੇ ਹੁਣ ਆਪਾਂ ਨੇ ਬੂਟੇ ਲਾਉਣੇ ਆਪਾਂ ਆਪਣੀ ਪਨੀਰੀ ਘਰਾਂ ਤਿਆਰ ਕਰ ਸਕਦੇ ਹਾਂ ਉੱਪਰ ਇੰਨਾ ਬਹੁਤਾ ਖਰਚਾ ਕੋਈ ਨਹੀਂ ਹੈਗਾ ਉਹ ਫਿਰ ਆਪਣੀ ਘਰ ਦੀ ਪਨੀਰੀ ਹੋ ਜਾਂਦੀ ਤਿਆਰ ਨਾਲੇ ਵਧੀਆ ਹੁੰਦੀ ਆ ਬਾਕੀ 1 ਕਿੱਲੇ ਵਿੱਚ ਇਹ 260-270 ਦੇ ਗੇੜ 'ਚ ਲੱਗ ਜਾਂਦਾ ਬੂਟਾ ਹਾਂ ਜੇ ਆਪਾਂ ਨੇ ਸਹੀ ਲਾਉਣਾ ਹੋਵੇ ਕਿੱਲੇ ਦੇ ਵਿੱਚ 7 ਲਾਈਨਾਂ ਲੱਗ ਜਾਂਦੀਆਂ 11-11 ਫੁੱਟ ਆਲੇ ਦੁਆਲੇ ਜਗ੍ਹਾ ਛੱਡ ਕੇ ਹਾਂ ਸਾਈਡਾਂ ਵੀ ਦੂਏ ਨੂੰ ਸ਼ੌਰਾ ਨਾ ਹੋਵੇ ਰੌਲਾ ਪੈ ਹਾਂ ਬਾਕੀ 20-25 ਫੁੱਟ ਪਰ ਆਪਾਂ ਲਾਈਨ ਲਾਉਣੀ ਹੈ ਬੂਟੇ ਦਾ ਫਾਸਲਾ 5 ਫੁੱਟ ਹੋਵੇ 5 ਫੁੱਟ ਦਾ ਹਾਂ 5 ਫੁੱਟ ਦਾ ਹੋਵੇ ਠੀਕ ਹੈ ਜੀ ਬਾਕੀ ਰੇਹ ਪੱਤ ਆਪਾਂ ਜਿਹੜਾ ਆਮ ਫਸਲ 'ਚ ਪਾਉਂਦੇ ਉੱਕੜੇ ਪਾਉਣਾ ਕਣਕ ਇਹਦੇ 'ਚ 4 ਸਾਲ ਦੇ ਬੂਟੇ 4 ਸਾਲ ਦੇ ਹੋ ਕੇ ਪਟਾ ਹੋ ਜਾਂਦੇ ਆ 4 ਸਾਲ ਕਣਕ ਹੁੰਦੀ ਹੈ ਇਹਦੇ ਵਿੱਚ ਬਾਕੀ 2 ਸਾਲ ਆਪਾਂ ਕਾਕਣ ਦਾ ਜਿਹੜਾ ਮਰਜ਼ੀ ਬੀਜ ਲਓ 2 ਸਾਲ ਘੱਟ ਹੁੰਦਾ ਕਾਕਣ ਦਾ ਇਹਦੇ ਵਿੱਚ ਹਾਂ 4 ਸਾਲ ਬਾਅਦ ਬੂਟਾ ਪੱਟ ਹੋ ਜਾਂਦਾ ਰੇਹ ਪੱਤ ਜਿਹੜਾ ਆਪਾਂ ਦੇਸੀ ਰੇਹ ਪਾਈ ਜਾਂਦੀ ਦੇਸੀ ਰੇਹ ਵੀ ਪਾਉਣਾ ਡਾਇਆ ਵੀ ਪਾਉਣਾ ਜਿਕਣਾ ਆਪਾਂ ਹੋਰ ਫਸਲ ਵਿੱਚ ਜਿੰਕ ਵੀ ਪਾਉਂਦੇ ਆ ਸਲਫਰ ਵੀ ਪਾਉਂਦੇ ਆ ਉਹ ਵੀ ਜ਼ਰੂਰੀ ਹੈ ਇਹਦੇ 'ਚ ਹਾਂ ਉਹ ਵੀ ਉਹਦੇ ਬੂਟੇ ਹੁਣ ਮੇਰੇ ਬੂਟੇ ਲੱਗੇ ਹੋਏ ਆ ਇਹਨਾਂ ਨੂੰ 2 ਸਾਲ ਲੱਗਿਆ ਵਾ ਬੂਟੇ ਇਹੋ ਜਿਹੇ ਹੋਏ ਆ ਹਾਂ ਇਹ ਬੂਟਿਆਂ ਦੀ ਫਿਰ ਸੇਵਾ ਬੂਟਿਆਂ ਭਰਿਆ ਆਪਾਂ ਨੂੰ ਫਸਲ ਦਾ ਇਹਦੇ ਵਿੱਚ ਇੰਨਾ ਉਹ ਨਹੀਂ ਹੈਗਾ ਹਾਂ ਸਮਝਿਆ ਫਸਲ ਦਾ ਲਾਹਾ ਨਹੀਂ ਫੇਰ ਇਹਦਾ ਹੁਣ ਇੰਨਾ ਵੈਸੇ ਇੱਕ ਫਸਲ ਤਾਂ ਆਪਣੀ ਹੋਈ ਵੀ ਜਾਂਦੀ ਹੈ ਕਣਕ ਤਾਂ ਹੋਈ ਹੋ ਜਾਂਦੀ ਹੈ ਕਣਕ ਤਾਂ ਹੋਈ ਹੋ ਜਾਂਦੀ ਹੈ ਜੀਰੀ ਦਾ ਹੀ ਹੈ ਹੁਣ ਇਹਦੇ ਵਿੱਚ ਛੋਰੇ 'ਚ ਕੱਖ ਵੀ ਘੱਟ ਹੁੰਦੇ ਆ ਹਾਂ ਛੋਰੇ 'ਚ ਘੱਟ ਫਿਰ ਉਹ ਲਾਲ 'ਚ ਬਾਕੀ ਇਹ ਤੇਰਾ ਆਪਣਾ 4 ਸਾਲ ਬਾਅਦ ਇਹ 2500 ਦਾ ਬੂਟਾ ਵਿਕ ਜਾਂਦਾ ਇੱਕ ਬੂਟਾ ਓਵਰ ਹੋ ਗਿਆ ਜ਼ਿਆਦਾ ਓਵਰ ਹੋ ਜਾਂਦਾ ਇਹ ਰੇਟ ਇਹਦਾ ਸੋਹਣਾ ਰਹਿੰਦਾ ਜੇ ਹੁਣ ਆਪਾਂ ਸੇਵਾ ਨਹੀਂ ਕਰਦੇ ਹੈਗੇ ਫਿਰ ਇਹਦੇ 1 ਸਾਲ ਹੋਰ ਵੱਧਾ ਵੀ ਲੈ ਜਾਂਦਾ ਹਾਂ 5-6 ਸਾਲ ਜੇ ਆਪਾਂ ਹੋਰ ਫਸਲ ਦਾ ਲਾਲਚ ਕਰਦੇ ਆ ਵਿੱਚ ਰੇਹ ਪੱਤ ਘੱਟ ਪਾਉਂਦੇ ਗੌਰ ਨਹੀਂ ਕਰਦੇ ਜਾਣੀ ਦੂਈ ਫਸਲ ਨਾਲ ਤੇ ਖਰਚਾ ਇਹਦੇ ਪਰ ਘੱਟ ਆਉਂਦਾ ਆਮਦਨੀ ਦੀ ਵੱਧ ਹੈ 4 ਸਾਲ ਬਾਅਦ ਇਹ 7-8 ਲੱਖ ਤੱਕ ਵਿਕ ਜਾਂਦਾ ਕਿੱਲਾ ਆਰਾਮ ਗੱਲ ਹਾਂ ਵਿਕਦਾ ਕਣਕ ਤਾਂ ਆਪਣੀ ਹੋਈ ਜਾਂਦੀ ਕਣਕ ਆਪਣੀ ਹੋਈ ਜਾਂਦੀ ਆ ਪੂਰੀ ਪਿਛਲੇ 1 ਸਾਲ ਵਿੱਚ ਮਾੜੀ ਮੋਟੀ ਘੱਟ ਹੁੰਦੀ 5-4 ਕੁਇੰਟਲ ਜਿਹੜੀ ਹੁੰਦੀ ਹੈ ਹਾਂ ਜਾਣੀ ਇਹ ਖੇਤੀ ਨਾਲ ਤੇ ਲਾਹੇਵੰਦ ਫਸਲ ਹੈ ਇਹ ਵੀ ਪਰ ਇਹਨੂੰ ਆਏ ਆ ਵੀ ਕੋਈ ਮਾਰ ਨਹੀਂ ਹੈਗੀ ਕੋਈ ਇਹਨੂੰ ਇੰਨਾ ਪਾਣੀ ਦਾ ਉਹ ਨਹੀਂ ਹੈਗਾ ਜਿਵੇਂ ਹੁਣ ਗੜੇ ਮਾਰੀ ਹੋ ਜਾਂਦੀ ਹੜ ਆ ਜਾਂਦੇ ਇਹਨੂੰ ਕੋਈ ਚੱਕਰ ਨਹੀਂ ਹੈਗਾ ਪੱਕੀ ਫਸਲ ਰੱਖ ਲੈ ਬਾਕੀ ਨੂੰ ਜਦ ਹੁਣ ਪਹਿਲੇ ਸਾਲ ਲਾਉਂਦੇ ਆ 2 ਸਾਲ ਵਿੱਚ ਇੱਕ ਸੁੰਡੀ ਜੀ ਪੈਂਦੀ ਹੈ ਜ਼ਰੂਰ ਪੈਂਦੀ ਉਹ ਪੱਤਿਆਂ ਨੂੰ ਪੈ ਕੇ ਨਾ ਵਿੱਚ ਤਣੇ ਦੇ ਗਲੀ ਕੱਢਦੀ ਹੈ ਅੱਛਾ ਉਹਦੇ ਵਿੱਚ ਕਈ ਵਾਰ ਬੂਟਾ ਖਰਾਬ ਹੁੰਦਾ ਫਿਰ ਉੱਥੇ ਤੇ ਦਾਗੀ ਹੋ ਜਾਂਦਾ ਹਵਾ ਆ ਕੇ ਫਿਰ ਟੁੱਟਣ ਦਾ ਖਤਰਾ ਉਹਦੇ 'ਚ ਠੀਕ ਉਹ ਦਵਾਈ ਮਿਲ ਜਾਂਦੀ ਹੈ ਦੁਕਾਨ 'ਤੇ ਆਪਣਾ ਜਿਹੜਾ ਪੰਪ ਹੈ ਨਾ ਸਪਰੇ ਵਾਲਾ ਉਹ ਨਾਲ ਸਪਰੇ ਹੋ ਜਾਂਦੀ ਉੱਪਰ ਨੂੰ ਇੰਜਣ ਵਾਲੇ ਪੰਪ ਨਾਲ ਠੀਕ ਆ ਠੀਕ ਆ ਪਹਿਲੇ 2 ਸਾਲ ਬੂਟਾ ਸਾਂਭ ਲਓ ਉਹਦੇ ਬਾਅਦ ਬੂਟੇ ਨੂੰ ਦੇਖਣ ਦੀ ਲੋੜ ਨਹੀਂ 2 ਸਾਲ ਹੀ ਆ ਖੇਚਲਾ ਜ਼ਿਆਦਾ ਪਹਿਲੇ ਸਾਲ ਬੂਟੇ ਦੀ ਸ਼ਿਕਾਈ ਨਾ ਕਰੋ ਜਿੰਨਾ ਜਦ ਆਪਾਂ ਜ਼ਿਆਦਾ ਸਾਗ ਲਾਉਂਦੇ ਆ ਜਦ ਬੂਟਾ ਲਾਉਂਦੇ ਵੀ ਜਦ ਵੀ ਪਾਣੀ ਜ਼ਰੂਰੀ ਆ ਪਾਣੀ ਜ਼ਰੂਰੀ ਆ ਜਿਹੜੇ ਜਦ ਲਾਉਣਾ ਹੈ ਛੱਟੀ ਪੱਟ ਕੇ ਆਪਾਂ 3 ਕੁ ਦਿਨ ਪਾਣੀ ਦੇ ਵਿੱਚ ਰੱਖਣੀ ਜ਼ਰੂਰੀ ਹੈ ਦੱਬ ਕੇ ਰੱਖਣੀ ਜੇ ਤਾਂ ਸਾਰੀ ਦੱਬ ਹੋ ਜਾਵੇ ਉਹ ਵਧੀਆ ਜੇ ਨਾ ਸਾਰੀ ਦੱਬਣ ਦਾ ਆਪਣੇ ਬੰਦੋਬਸਤ ਹੋਵੇ ਤਾਂ ਉਹਦੀਆਂ ਜੜਾਂ ਪਾਣੀ ਦੇ ਵਿੱਚ 3 ਕੁ ਦਿਨ ਖੜਾ ਲਓ ਫਿਰ ਛੱਡੀ ਖੇਤ ਵਿੱਚ ਸੁੱਕ ਦੀ ਨਹੀਂ ਲਾਈ ਦੀ ਪਾਣੀ ਸੋਕ ਲੈਂਦੀ ਆ ਪਾਣੀ ਸੋਕ ਲੈਂਦੀ ਆ ਫਿਰ ਬੂਟੇ ਲਾ ਕੇ ਆਪਣਾ ਪਾਣੀ ਖੇਤ ਨੂੰ ਲਾਏ ਦਿੰਦੇ ਆ ਤੇਰੇ ਬੂਟੇ ਜ਼ਿਆਦਾ ਚੱਲੇ ਆ ਮੇਰੇ ਬੂਟਿਆਂ ਨਾਲ ਬੂਟਿਆਂ 'ਚ ਮੈਂ ਰੇਹ ਪੱਤ ਸੋਹਣਾ ਪਾਇਆ ਸੇਵਾ ਕਰੀ ਫਸਲ ਦਾ ਲਾਲਚ ਕਰੀ ਜਾਂਦਾ ਵਿੱਚ 2 ਸਾਲ ਮੈਂ ਹੁਣ ਸੇਵਾ ਕਰ ਲਈ ਪਰ ਹੁਣ ਇਹਦੀ ਗੌਰ ਨਹੀਂ ਹੈ ਕਿ ਕਰਨੀ ਨਹੀਂ ਬਹੁਤੀ ਹੁਣ ਇਹਨੇ ਠੀਕ ਚੱਲੀ ਜਾਣਾ ਹੁਣ 2 ਸਾਲ ਬਾਅਦ ਇਹਦੀ ਸ਼ਿੰਗਾਈ ਬਸ ਹਿਸਾਬ ਕਾ ਕਰੀ ਜਾਣੀ ਹੈ ਪਹਿਲੇ ਸਾਲ ਸ਼ਿੰਗਾਈ ਨਾ ਕਰੋ ਇਹਦੀ ਜੇ ਆਪਾਂ ਜ਼ਿਆਦਾ ਸ਼ਿੰਗਾਈ ਕਰ ਦਿੰਦੇ ਨਾ ਫਿਰ ਉਹ ਬੂਟਾ ਖੜ ਜਾਂਦਾ ਚੱਲਦਾ ਨਹੀਂ ਹੁਣ ਆ ਬੂਟਾ ਦੇਖੋ ਕੰਮ ਦਾ ਚੱਲਿਆ ਵਾ ਹੁਣ ਮੈਂ 2 ਸਾਲ ਦਾ ਹੋਣਾ ਬੂਟਾ ਹੁਣ ਮੇਰੇ ਉੱਥੇ ਮੈਂ ਗੰਨਾ ਵੀ ਦੇਖ ਲਾਇਆ ਹੋਇਆ ਵਿੱਚੂ ਦੇ ਆਹ ਜੇ ਗੰਨਾ ਲੱਗ ਜਾਵੇ ਫਿਰ 2 ਸਾਲ ਗੰਨਾ ਵਧੀਆ ਹੋ ਜਾਂਦਾ ਹੁਣ ਮੈਂ ਜੀਰੀ ਵੱਢ ਕੇ ਜਦ ਸਰੋਂ ਬੀਜੀ ਪਹਿਲਾਂ
गन्ना बीज के थले सरों बीज के एक वह फसल हो गई उते बाद फिर पपूलर लाए बिचो दे गन्ना तो हैगा ही था गन्ना हुण देखा वधिया खड़ा उत्थे बूटियां च दो साल गन्ना भी होई जांदा वधिया गन्ने विच हुण रेह पत्ता पूरा पैंदा हां गन्ने च डाया हुआ सेवा ही होगी ना एक किस्म दी बाकी गन्ना हुण दो साल होई जांदा गन्ना छोरे विच हो जांदा दो साल होई जांदा खासी है तां तीन साल भी होई जांदा हो जांदा खासी भी बाकी फिर उहदे अगले साल कणक हो जूगी इन्ने फिर चार साल बाद बूटा पट हो जांदा जे सेवा रखे जे सौण आपां ला के गौरे ना करी विच काकण डई इहो जिहे होया उहदीआं डौलां डूलां भी साफ चाहीदीआं ना साफ होणा चाहीदा रेह पत्ता ना पाया फिर इह साल खंड वध होर भी ले जांदा फिर बूटे अधे माड़े अधे चंगे रह जांदे आ हुण देख एक सार बूटे खड़े आ इह फिर आए ना ऐन परफेक्ट लगे होए आ इह 25 फुट पर लैंदा 5 फुट विच आ विच सारेयां दे सही गैप आ साइडां पूरा 25 फुट दा गैप है धुप्पां भी पै रही आ बाकी 37 बूटे इक लाइन दे विच लगे हुए आ अच्छा हाँ ये 270 कबूल देख एड़ गेड़ चला जाता पांच चार इधर उधर बूटे जेडे पर लाल च कर देंदे लाल च कर लै चार फुट पर ला लै फिर वो 325 बूटा भी लग जाता फिर वो नहीं नहीं फिर तो फिर वो तो 6 साल भी ले जाने उन्होंने होने नहीं वह झड़ी वाला काम बन जाता फिर नहीं एरिया टुटता संघड़ा बूटा जिन्ना ज्यादा वैसे मेरे हिसाब नाल तो जेडे एरिया च हुंदा है ना बूटा ये लाने चाहिए हरेक बाई दो चार चाहिए क्योंकि वादे घाटे पूरा करते हैं कर देंगे वादे घाटे पूरे यहाँ कोई नुकसान वो नहीं है भी दूसरी फसल गड़े मारी का कोई डर हो पक्की फसल है पक्की फसल है तेरे चार पांच साल बाद पैसे खरे आ खरे आ जी ये तेरी ऐप टी खड़ी है खेत में बस आपां कुछ नहीं करना आपे ठेका ठेके पर बिक जाने आपे पट्टने सारा कुछ उन्होंने नहीं करना हाँ अपना खेत वेला है जिहदे कोल फसल जमीन हैगी ना माड़ी मोटी ओनू लाउणा जरूरी है जे घट जमीन है थोड़ा जिहा घट ला लो वाधा थोड़ा जिहा वध रखो जिहदे कोल जमीन वाधा ओनू तां आए साल कीला लाउणा चाहीदा साल बाद समझ लो चार दो किले रखे रूटीन बना के चार साल हो गए समझ लो 5-6 किले हैगे ना किले दो किले लाई जा दो पटाई जा लाई जा पटाई जा वहां रखे सर्कल बहुत बढ़िया है बाकी कणक अपनी इहदे च कोई फर्क नहीं पैंदा हैगा 3 साल कणक पूरी निकल गई भाइयां भुइयां ते बढ़ाउणी पैंदी मैं तां मशीन ते ही बढ़ाती थी ऐत की मशीन गली बड होनी ते जगह पगो दूए पासे पर आए हैं ना छोटे थे तो बूटे भाइयां गल भी बढ़ा दो यार उन्नी तूड़ी बिक जांदी आ हुण कोई फर्क नहीं हैगा बराबर जी पैंदा खर्चा पहले 2 साल का 20-21 क्वांटल कणक निकली जाती है पिछले 31 साल जाके चौथे साल थोड़ी जी घट निकलती है 17-18 क्वांटल पर मैं ऊँ देखे भी जो गन्ने लाके बूटा लाते बूटा थोड़ा ज्यादा चलता बूटा फिर गन्ने में रेह ज्यादा पै जाता ना पहला देसी रेह पौगा पाँदे गन्ना बीजन लगे फिर डाए दे आपां 3 थैले ही पा देंगे चक्कर दसा क्या है 2-3 साल बाही नहीं होंगी जद ना जो जड़ा बढ़ हो जाए फिर बूटा रुकता तो भी ਆਪਾਂ ਫਾਲਿਆਂ ਗੱਲ ਪਾਉਂਦੇ ਆ ਤਵੀਆਂ ਗੱਲ ਇਹਨਾਂ ਜੜਾਂ 'ਚ ਨਹੀਂ ਬਹੁਤਾ ਲਾਉਣਾ ਚਾਹੀਦਾ ਹੈਗਾ ਤਵੀ ਉਹ ਕਹੀ ਗੱਲ ਗੁੱਡ ਲਓ ਸ਼ੱਕ ਜਾਂ ਜੜ ਵੱਢ ਹੋ ਗਈ ਉਹ ਫਿਰ ਤਾਕਤ ਗਈ ਉਹਦੀ ਘੱਟ ਘੱਟ ਗਈ ਉਨੀ ਤਾਕਤ ਉਹਨੂੰ ਬੂਟੇ ਦੀ ਫਿਰ ਤਾਂ ਇੱਕ ਪਾਸੇ ਦੇ ਖਿੱਚਣੀ ਤਾਕਤ ਹੁੰਦਾ ਦੂਏ ਪਾਸੇ ਆਪਾਂ ਜੜਾਂ ਵੱਢਤੀਆਂ ਇਹ ਜ਼ਰੂਰੀ ਹੈ ਇੱਕ ਦਿਹਾੜੀ ਲਾ ਲਊਗਾ ਭਈਆ 300 ਰੁਪਏ ਦੀ ਦਿਹਾੜੀ ਮਿਲ ਜਾਂਦਾ ਉਹ ਟਾਈਮ ਤਾਂ ਉਹਦੇ ਗੜਾ ਲਓ ਆਪਣਾ ਅਤੇ ਮਾਸੜ ਉਹਦੇ ਬਾਰੇ ਵੀ ਦੱਸਦੇ ਮਾੜਾ ਜਿਹਾ ਜਦ ਆਪਾਂ ਬੂਟਾ ਲਾਉਂਦੇ ਆ ਵੀ ਆਪਾਂ ਨੂੰ ਖੇਤ ਕਿਵੇਂ ਚਾਹੀਦਾ ਤਿਆਰ ਕਰਿਆ ਪਿਆ ਅਤੇ ਰੇਹ ਰੂਹ ਦਾ ਪਾਣੀ ਕਿੰਨੇ ਟਾਈਮ ਬਾਅਦ ਕਿਆ ਪ੍ਰੋਸੈਸ ਹੈ ਰੇਹ ਦਾ ਇਹਦਾ ਖੇਤ ਦਾ ਜਿਕਣਾ ਹੁਣ ਆਪਾਂ ਆਮ ਆਪਣੀ ਫਸਲ ਬੀਜਦੇ ਹੈ ਉਕਣਾ ਇੱਕ ਵਾਰ ਵਾਹ ਕੇ ਤਿਆਰ ਕਰ ਲਓ ਉਹਦੇ ਬਾਅਦ ਫਿਰ ਇੱਕ ਵਾਰ ਖੇਤ ਦੀ ਮਾੜੀ ਜਿਹੀ ਮਿਹਨਤੀ ਜੀ ਕਰਕੇ ਲਾਈਨਾਂ ਕੱਢਣੀਆਂ ਪੈਂਦੀਆਂ ਵੀ 7 ਲਾਈਨਾਂ ਇੱਥੇ ਸਾਡੀਆਂ ਲੱਗ ਜਾਣ ਕਈ ਵਾਰ 25 ਫੁੱਟ ਪਰ ਹੁੰਦੇ ਕਈ ਹਿਸਾਬ ਨਾਲ ਕੱਢਣੀ ਪੈਂਦੀਆਂ 26 ਫੁੱਟ ਵੀ ਹੋ ਜਾਵੇ 24 ਫੁੱਟ ਵੀ ਰਹਿ ਸਕਦਾ ਖੇਤ ਦੇ ਹਿਸਾਬ ਨਾਲ ਆਪਾਂ ਨੇ ਹਾਂ ਵੀ ਉਹ ਕੱਢ ਲੈਣਾ ਜਦ ਆਪਣਾ ਬੂਟਾ ਲੱਗ ਗਿਆ ਇੱਕ ਤਾਂ ਪਾਣੀ ਆਪਾਂ ਨੇ ਜ਼ਿਆਦਾ ਲਾ ਦੇਣਾ ਅਤੇ 1-2 ਦਿਨ ਦੇ ਵਿੱਚ ਲੱਗ ਜਾਵੇ ਉਹਨੂੰ ਵੀ ਜੜ ਫੜ ਲਵੇ ਹਾਂ ਜੜ ਫੜ ਲਵੇ ਖਾਲਾ ਕੱਢ ਕੇ ਲਾ ਦਿਓ ਬਸ਼ੱਕ ਤੇ ਉਹਨੂੰ ਹਾਂ ਬਾਕੀ ਆਪਾਂ ਡਾਏ ਦੀ ਮੁੱਠੀ ਮੁੱਠੀ ਆਏ ਸਾਰੇ ਖੇਤ 'ਚ ਨਹੀਂ ਪਾਉਣੀ ਜੇ ਤਾਂ ਫਸਲ ਲੈ ਗਈ ਫਿਰ ਤਾਂ ਫਸਲ ਬੀਜਣ ਲੱਗੇ ਜੇ ਕਣਕ ਬੀਜਣੀ ਹੈ ਆਪਣਾ ਕਣਕ ਬੀਜੀ ਵੀ ਹੁੰਦੀ ਹੈ ਜਦ ਆਪਾਂ ਇਹ ਲਾਉਂਦੇ ਬੂਟਾ ਹਾਂ ਜਦ ਬੀਜੀ ਵੀ ਹੁੰਦੀ ਖੇਤ ਵਿੱਚ ਡਾਇਆ ਡੂਆ ਪਿਆ ਵਾ ਹੁੰਦਾ ਜ਼ਿਆਦਾ ਇੰਨਾ ਪਾਉਣ ਦੀ ਲੋੜ ਨਹੀਂ ਜੇ ਨਹੀਂ ਹੈਗਾ ਖੇਤ 'ਚ ਆਪਾਂ ਫਸਲ ਬੀਜਣੀ ਤਾਂ ਡਾਇਆ ਇਹਦੇ ਲਾਗ ਮੁੱਠੀ ਮੁੱਠੀ ਗੇਰ ਦਿਓ ਜੜਾਂ 'ਚ ਜੜਾਂ 'ਚ ਬਾਕੀ ਪਾਣੀ ਇਹਨੂੰ ਉਹੀ 15-20 ਦਿਨ ਬਾਅਦ ਗਰਮੀਆਂ ਵਿੱਚ ਤਾਂ ਲੱਗਣਾ ਹੀ ਲੱਗਣਾ ਗਰਮੀਆਂ 'ਚ ਤਾਂ ਪਾਣੀ ਸਿਆਲ ਵਿੱਚ ਇਹਨੂੰ ਇੰਨੀ ਕੋਈ ਪਾਣੀ ਦੀ ਲੋੜ ਨਹੀਂ ਹੈਗੀ ਜਿਹੜਾ ਡਾਇਆ ਆਪਾਂ ਨੇ ਦੂਈ ਕੋ ਬਾਕੀ ਪਾਣੀ ਵੀ ਮੌਸਮ ਦੇਖ ਕੇ ਲੱਗਦਾ ਮੌਸਮ ਦੇਖ ਕੇ ਲੱਗ ਜਾਣਾ ਕਈ ਵਾਰ ਹਵਾ ਹਵਾ ਆ ਜਾਵੇ ਫਿਰ ਕੰਮ ਖਰਾਬ ਹੋ ਜਾਂਦਾ ਜਦ ਬਰਸਾਤ ਦੇ ਦਿਨ ਜੇ ਚੱਲ ਪੈਂਦੇ ਡਾਇਆ ਉਹ ਟਾਈਮ ਇੱਕ ਵਾਰ ਜਦ ਫੇਰ ਪਾ ਦੇਵੇ ਹਾਂ ਫੇਰ ਵੱਧ ਲੱਗਦਾ ਥੋੜਾ ਡਾਇਆ ਹੋਰ ਇਹਨੂੰ ਬਾਕੀ ਹੋਰ ਇੱਕ ਜਿੰਕ ਆ ਸਲਫਰ ਹੈ ਜਿਹੜੀ ਇਹ ਵੀ ਜ਼ਰੂਰੀ ਹੈ ਮੈਂ ਜਦ ਦੇਖਿਆ ਵੀ ਬੂਟਾ ਆਪਣਾ ਫੁੱਟਿਆ ਆ ਸਾਰਾ ਚੰਗੀ ਤਰ੍ਹਾਂ ਚੱਲ ਪਿਆ ਸਮਝਿਆ ਇਹ 20 ਦਿਨ ਵਿੱਚ ਸਾਰੇ ਸਿਰਿਆਂ ਨੂੰ ਪੱਤੇ ਨਿਕਲੇ ਆਉਂਦੇ ਆ ਬਸ ਮਹੀਨੇ ਖੰਡ ਬਾਅਦ ਇੱਕ ਪਾ ਦੇ ਵਿੱਚ ਜ਼ਰੂਰੀ ਇਹ
ਬਾਕੀ ਪਾਣੀ ਦਾ ਟਾਈਮ ਬੰਨ ਲਵੇ ਆਪਣਾ। ਹਾਂ ਵੀ 6 ਮਹੀਨੇ ਜੇ ਕਣਕ ਜੇ ਤਾਂ ਪਈ ਹੋ ਜਾਂਦਾ ਫਸਲ ਤਾਂ ਇੱਕ ਹਰੇਕ ਕੱਢਦਾ ਏ। ਡਾਇਆ ਦਾ 6 ਮਹੀਨੇ ਬਾਅਦ ਜ਼ਰੂਰੀ ਹੋਵੇ। ਜ਼ਰੂਰੀ ਆ ਹਾਂ। ਯੂਰੀਆ ਵਿੱਚ ਨੂੰ ਪਾਉਣਾ ਮੁੱਠੀ ਮਾੜੀ ਮੋਟੀ ਬੰਦਾ ਪਾਈ ਜਾਏ। ਜੇ ਫਸਲ ਵਿੱਚ ਹੈਗੀ ਤਾਂ ਫਸਲ ਦੇ ਗੱਲ ਤਾਂ ਪਏ ਜਾਂਦੇ ਜਿਹੜਾ ਕਣਕ ਹੈਗੀ ਆ। ਹਾਂ ਜੇ ਆਪਾਂ 2 ਸਾਲ ਬਾਕੀ ਦੇਸੀ ਰੇ ਜ਼ਰੂਰ ਪਾਵੇ ਨਾ ਇਹਨਾਂ ਚ। ਦੇਸੀ ਰੇ ਜ਼ਰੂਰ ਪਾ ਦੇਵੇ। 6 ਮਹੀਨੇ ਬਾਅਦ ਦੇਸੀ ਟੱਕ ਟੱਕ ਗੇਰ ਦੇਵੇ ਲੈਣਾ ਚ ਨਾ। ਉਹ ਗੇਰ ਦੇਵੇ ਜਦ ਆਪਾਂ ਲਾਉਂਦੇ ਆ ਜਦ ਵੀ ਟੱਕ ਟੱਕ ਨਾ ਜਿਹੜੀ ਮਿੱਟੀ ਟੋਆ ਕੱਢਿਆ ਮਿੱਟੀ ਪਈ ਉਹ ਮਿੱਟੀ ਪਰ ਗੇਰ ਲਵੇ। ਹਾਂ ਉਹ ਫੇ ਮਿੱਟੀ ਦੇ ਗੈਰੇ ਰਲਾ ਕੇ ਜਦੇ ਵਿੱਚ ਬੂਟਾ ਤੋੜ ਦੇਵੇ। ਹਾਂ ਜਦ ਜਦ ਲਵਾਈ ਸ਼ੁਰੂ ਹੁੰਦੀ ਹੈ ਜਦ ਬੂਟੇ ਦੀ ਤੁਆਈ ਵੀ ਬਹੁਤੀ ਨਹੀਂ ਕਰਨੀ ਹੈਗੀ ਮਿੱਟੀ ਹਿਸਾਬ ਜਿਹੀ ਪਾ ਕੇ ਥੋੜਾ ਜਿਹਾ ਧੋਣਾ ਜਦ ਕਿ ਪਾਣੀ ਲੱਗੇ ਤੇ ਨਾ ਜਾਂ ਪਾਣੀ ਫਿਰ ਜੜ ਤੱਕ ਚਲੀ ਜਾਂਦਾ ਉਹ ਫੇ ਮਿੱਟੀ ਆਪੇ ਸੈੱਟ ਹੋ ਕੇ ਬੂਟਾ ਖੜ ਜਾਂਦਾ। ਉੱਪਰ ਜਿਹੜੀ ਆਪਾਂ ਤੁਆਈ ਜ਼ਿਆਦਾ ਕਰਦੇ ਆ ਫਿਰ ਥੋੜਾ ਪਾਣੀ ਉੱਪਰ ਰਹਿ ਜਾਂਦਾ। ਲੰਗਾ ਹੀ ਰਹਿਣਾ ਚਾਹੀਦਾ ਫਿਰ ਹੋਰ ਥੋੜਾ ਜਿਹਾ 4 ਕੋਂਗੜ ਨੀਵਾ ਹੋ ਜਾਂਦਾ ਫਿਰ ਪਾਣੀ ਪੂਣੀ ਗੱਲੇ ਚੱਲਦਾ ਬੂਟਾ ਪਹਿਲਾਂ ਤਾਂ ਵਧੀਆ। ਠੀਕ ਹੈ ਗਰਮੀਆਂ ਵਿੱਚ ਤਾਂ ਇਹਨੂੰ ਪਾਣੀ ਜ਼ਰੂਰੀ ਆ। ਬਾਕੀ ਵਧੀਆ ਲਾਹੇਮੰਦ ਫਸਲ ਹੈ। ਬਾਕੀ ਵਧੀਆ ਲਾਹੇਮੰਦ ਫਸਲ ਹੈ ਤੇ ਪੈਸਾ ਵੀ ਬੰਦੇ ਨੂੰ ਇਕੱਠਾ ਆ ਜਾਂਦਾ। ਹਾਂ ਇਕੱਠਾ ਆ ਜਾਂਦਾ ਜੀ। ਹੈਗਾ ਨਹੀਂ ਜੇ ਬੰਦੇ ਨੇ ਕੋਈ ਆਪਣਾ ਕੰਮ ਕਰਨਾ ਕਿਸੇ ਨੇ ਵਿਆਹ ਸ਼ਾਦੀ ਹੋਵੇ ਕਿਸੇ ਨੂੰ ਕਹਾਂ ਕੋਈ ਪ੍ਰੋਗਰਾਮ ਹੋਵੇ ਇਕੱਠਾ ਬੰਦਾ ਆਪਣਾ ਵੇਚ ਲੈਂਦਾ ਏ ਬੰਦੇ ਦਾ ਕੰਮ ਹੋ ਜਾਂਦਾ ਉਹ। ਹਾਂ ਬਾਕੀ ਰਸਤੇ ਦੇ ਨਾਲ ਲੱਗੇ ਵੀ ਹੁਣ ਤਾਂ ਥੋੜ੍ਹੇ ਜਿਹੇ ਹੋਰ ਵੀ ਪੈਸੇ ਵੱਧਦੇ ਜਾਂਦੇ ਆ ਕਈ ਵਾਰ ਜਿੱਕਣਾ ਹੁਣ ਫਸਲ ਖੜੀ ਹੈ ਨਹੀਂ ਰਸਤਾ ਹੁਣ ਆਪਾਂ ਹੋਰ ਪਾਸੇ ਬੀਜ ਲਿਆ ਉੱਥੇ ਰਸਤਾ ਨਹੀਂ ਹੈਗਾ ਫਿਰ ਆਪਣੇ ਵਿਕਦੇ ਨਹੀਂ ਹੈਗੇ। ਹਾਂ ਰੇਟ ਤੇਜ਼ ਹੁੰਦਾ ਜੇ ਰਸਤੇ ਦੇ ਨਾਲ ਹੈ ਫਿਰ ਰੇਟ ਤੇਜ਼ ਆਪਣਾ ਜਦ ਮਰਜ਼ੀ ਵੇਚ ਲਓ ਇਹਨੂੰ। ਰਸਤਾ ਜ਼ਰੂਰ ਰੱਖਿਆ ਰਸਤਾ ਦੇ ਨੇੜੇ ਲੱਗੇ ਵੇ ਹੁਣ ਤਾਂ ਵਧੀਆ। ਜੇ ਹੁਣ ਆਪਣੀ ਜ਼ਮੀਨ ਦੇ ਰਸਤੇ ਦੇ ਸਾਈਡ ਆ ਤਾਂ ਵੀ ਕੋਈ ਉਹ ਨਹੀਂ ਹੈਗਾ ਫਿਰ ਵੀ ਅੱਗੇ ਪਿੱਛੇ ਹੋ ਕੇ ਵਿਕ ਜਾਂਦੇ ਆ ਵਧੀਆ ਫਸਲ ਆ ਜੀ ਕੱਢਣੀ ਪੈਂਦੀ ਖੇਤ ਜਿਹਨੂੰ ਕਿਸੇ ਦੇ ਅਗਲੇ ਨੇ ਫਸਲ ਬੀਜੀ ਵੀ ਹੁੰਦੀ ਗਾਂ। ਮੈਂ ਹੁਣ ਲਾਉਂਦਾ ਹੀ ਆ ਬਾਕੀ ਲਾ ਖੰਡ ਲਾ ਕੇ ਰੱਖੀਦਾ 2 ਕਿੱਲੇ ਆਪਾਂ ਜੀਰੀ ਜੂਰੀ ਦੇ ਲਾਈ ਜਾਈਦੇ ਆਪਣੇ। ਵਧੀਆ ਸਰਕਲ ਚੱਲਦਾ ਤੇ ਰਹਿਣ ਇਕੱਲੇ ਬੰਦੇ ਕਰਕੇ ਫਿਰ ਇੱਕਣੇ ਚੱਲਦਾ। ਠੀਕ ਆ ਜੇ ਫਿਰ ਬੰਦੇ ਹੁਣ ਬਾਕਰ ਵੀ ਲੈ ਲਿਆ ਜੇ ਹੁਣ ਮੈਂ ਇਕੱਲੇ ਕਰਕੇ ਆਪਣੇ 2 ਖੇਤ ਕਿੱਲੇ ਜੀਰੀ ਦੇ ਲਾਏ ਪਏ ਆ ਇੱਕ ਬੂਟਿਆਂ ਦੇ ਲਾਇਆ ਪਿਆ ਮੁੰਡਾ ਹੈ ਆਪਣੇ ਭਾਈ ਪੜ੍ਹਾਈ ਕਰਕੇ ਉਹ ਕਨੇਡਾ 'ਚ ਗਿਆ। ਵੀਰ ਜੀ ਕਮੈਂਟਾਂ 'ਚ ਕਈਆਂ ਨੇ ਪੁੱਛਿਆ ਸੀਗਾ ਵੀ ਮਾਸੜ ਕੋਲ ਕਿੰਨੇ ਲੜਕੇ ਆ ਅਤੇ ਬੇਟਾ ਜੀ ਮਾਸੜ ਕੋਲ ਉਹਨੇ ਸਟੱਡੀ ਕਰੀ ਆ ਜੀ ਪੂਰਾ ਹੁਸ਼ਿਆਰ ਤਾਂ ਜੀ ਐਨ ਅਤੇ ਫਸਟ ਆਉਂਦਾ ਰਿਹਾ ਜੀ ਪਹਿਲੀ ਐਡਮਿਸ਼ਨ 'ਤੇ ਆਉਂਦਾ ਤਾ ਉਹ ਜਿੰਨਾ ਟਾਈਮ ਉਹਨੇ ਸਟੱਡੀ ਕਰੀ ਆ ਅਤੇ ਉਹ ਕਨੇਡਾ ਹੈ ਜੀ PR ਹੈ ਜੀ ਮੁੰਡਾ ਪੱਕਾ ਜੀ ਕਨੇਡਾ ਅਤੇ ਮਾਸੜ ਨੂੰ ਵੀ ਬੁਲਾਉਂਦਾ ਉਹ ਮਾਸੜ ਕਹਿੰਦਾ ਨਹੀਂ ਕਹਿੰਦਾ ਮੈਂ ਤਾਂ ਜਾਣਾ ਨਹੀਂ ਕਹਿੰਦਾ ਆਪਾਂ ਤਾਂ ਕਹਿੰਦਾ ਇੱਧਰ ਜਿੰਨਾ ਕੁ ਹੈਗਾ ਆਪਣਾ ਉਨਾ ਕੁ ਕਰੀ ਜਾਣਾ ਵਧੀਆ ਕੰਮ ਚੱਲੀ ਜਾਂਦਾ ਜੀ ਇਹਨਾਂ ਦਾ ਸਾਡਾ ਵੀ ਜੀ ਲੱਗਿਆ ਰਹਿੰਦਾ ਨਾਲ ਆਪਣਾ ਗੱਲਾਂ ਬਾਤਾਂ ਕਰੀ ਜਾਂਦੇ ਆ ਬੈਠੇ ਕਹਿੰਦਾ ਵੀ ਉੱਧਰ ਮੇਤੇ ਨਹੀਂ ਆ ਹੋਣਾ ਕਹਿੰਦਾ ਊਂ ਹੈ ਵੀ ਤੇਰੇ ਕੋਲ ਭਾਈ ਗੇੜਾ ਮਾਰੇ ਆਉਂਦਾ ਇੱਕ ਅੱਧੀ ਵਾਰ ਮਾਰ ਵੀ ਆਇਆ ਗੇੜਾ ਅਤੇ ਘੁੰਮੇ ਆਉਂਦਾ ਜੀ ਵਿੱਚ ਨੂੰ ਜਾਏ ਆਉਂਦਾ ਏ ਫੇਰ ਅੰਦਰ ਬੈਠਣ ਵਾਲਾ ਕੰਮ ਹੈ ਯਾਰ ਇੱਥੇ ਤਾਂ ਆਪਾਂ ਹੁਣ ਜਿੱਥੇ ਮਰਜ਼ੀ ਬਹਿ ਜਾ ਦਿਨ ਵਿੱਚ ਜਿੱਥੇ ਮਰਜ਼ੀ ਘੁੰਮ ਫਿਰ ਕੋਈ ਫਿਕਰ ਨਹੀਂ ਉੱਥੇ ਦਾ ਬਸ ਫਿਰ ਅੰਦਰ ਬੈਠੇ ਆ ਫਿਰ ਕੰਮ ਤੱਕ ਹੈ ਬਾਹਰ ਦਾ ਹੀ ਹੈ ਫਿਰ ਪੰਜਾਬ ਉਈਓ ਥੋੜੋ ਕਹਿੰਦੇ ਵੀ ਬਾਕੀ ਨਿਆਣੇ ਆ ਹੁਣ ਉੱਧਰ ਠੀਕ ਹੈ ਸੈੱਟ ਆਪਣਾ ਉਹ ਕਹਿੰਦੇ ਵੀ ਇੱਥੇ ਫਿਊਚਰ ਬਣ ਗਿਆ ਆਪਣਾ ਉਹ ਠੀਕ ਹੈ ਆਪਣਾ ਉਹਨਾਂ ਨੂੰ ਉੱਧਰ ਕਹਿੰਦੇ ਵਾਤਾਵਰਨ ਵਧੀਆ ਹੈ ਆਪਣਾ ਇੱਧਰ ਠੀਕ ਹੈ ਸਾਰਾ ਕੁਝ ਪਰ ਆਪਣੇ ਹਰਿਆਲੀ ਬਹੁਤ ਹੈ ਹੈ ਕਿ ਨਹੀਂ ਆਪਣੇ ਖੁੱਲ੍ਹਾ ਹੈ ਵੀ ਐਂ ਆਪਾਂ ਇਕੱਠੇ ਹੋ ਕੇ ਬੈਠ ਜਾਂਦੇ ਆ ਸਾਰੇ ਗੱਲਾਂ ਬਾਤਾਂ ਕਰੀ ਜਾਂਦੇ ਆ ਠੀਕ ਹੈ ਮੁੰਡਾ ਬਾਹਰ ਹੈ ਕੁੜੀ ਦੀ ਇੱਕ ਉਹਦਾ ਵਿਆਹ ਆਪਾਂ ਕਰਤਾ 4 ਸਾਲ ਹੋ ਗਏ ਵਿਹਲੇ ਆਪਾਂ ਹੁਣ ਹੁਣ ਆਪਣਾ ਕੰਮ ਧੰਦਾ ਕਰਦੇ ਜਿਹੜਾ ਲੱਗੇ ਹੋਇਆ ਕੋਈ ਨੱਠ ਪਾ ਜਾਂਦੀ ਆਪਾਂ ਹੁਣ ਠੇਕੇ ਪਰ ਤਾਂ ਹੀ ਲਈਦੀ ਆਪਣੀ ਜਿਹੜੀ ਹੈਗੀ ਘਰ ਦੀ ਕਰੀ ਜਾਈਦੀ ਹੈ ਬਾ ਠੀਕ ਹੈ ਆਪਣਾ ਵਧੀਆ ਸਰਕਲ ਚੱਲਦਾ ਵਧੀਆ ਜੀ ਅਤੇ ਬੂਟਿਆਂ ਦੀ ਵੀਰ ਜੀ ਜਿੰਨੀ ਕੁ ਆਪਾਂ ਨੂੰ ਨੌਲੇਜ ਤੀ ਜੀ ਉਹਦੇ ਬਾਰੇ ਤੁਹਾਨੂੰ ਦੱਸਤੇ ਆ ਅਤੇ ਬਾਕੀ ਤਰਫਾਲੀ ਬਾਰੇ ਵੀ ਕਿਹਾ ਹੋਇਆ ਜੀ ਕਈ ਵੀਰਾਂ ਨੇ ਜਿਹਦੇ ਨਾਲ ਆਪਾਂ ਗੰਨਾ ਸੀੜਦੇ ਆ ਜੀ ਉਹਦੇ ਬਾਰੇ ਵੀ ਤੁਹਾਨੂੰ ਦੱਸਦੇ ਆ ਜੀ ਚੱਲ ਕੇ ਦਿਖਾਉਂਦੇ ਆ ਤੁਹਾਨੂੰ ਵੀ ਕਿਵੇਂ ਤਿਆਰ ਹੋਈ ਹੋਈ ਆ ਅਤੇ ਚੱਲਦੇ ਆ ਵੀਰ ਜੀ ਤਰਫਾਲੀ ਵੀ ਦਿਖਾਉਂਦੇ ਆ ਤੁਹਾਨੂੰ ਇਹ ਹੈ ਜੀ ਤਰਫਾਲੀ ਜਿਹਦੇ ਬਾਰੇ ਤੁਸੀਂ ਕਮੈਂਟ ਕਰਦੇ ਤੇ ਜੀ ਸਾਰੇ ਵੀ ਵੀਰ ਜੀ ਤਰਫਾਲੀ ਬਾਰੇ ਦੱਸਿਓ ਕੁਛ ਅਤੇ ਤੁਹਾਨੂੰ ਵੀਰ ਜੀ ਦੱਸਦਾ ਇਹਦੇ ਬਾਰੇ ਅੱਜ ਮੈਂ ਵੀ ਕਿਹੜੇ ਕਿਹੜੇ ਕੰਮ ਆਉਂਦੀ ਆ ਇਹ ਅਤੇ ਸਾਰਿਆਂ ਨਾਲੋਂ ਪਹਿਲਾਂ ਤਾਂ ਜੀ ਮੈਂ ਗੰਨੇ ਵਾਸਤੇ ਲਈ ਤੀ ਜੀ ਇਹ ਗੰਨਾ ਸੀੜਨ ਵਾਸਤੇ ਆਪਾਂ ਅੱਗੇ ਬੋਲਦਾ ਨਾਲ ਗੰਨਾ ਸੀੜਦੇ ਤੇ ਟਰੈਕਟਰਾਂ ਨਾਲ ਵੀ ਸੀੜਦੇ ਆ ਕਈ ਭਰਾ ਆਪਣੇ ਬਣਾਏ ਹੋਏ ਜੀ ਜਗਾ ਟਰੈਕਟਰਾਂ ਨਾਲ ਵੀ ਗੰਨਾ ਸੀੜਨੇ ਨੂੰ ਮੈਂ ਇਹ ਗੰਨੇ ਵਾਸਤੇ ਲਈ ਤੀ ਜੀ ਅਤੇ ਗੰਨਾ ਵੀ ਵਧੀਆ ਸੀੜਦੀ ਆ ਬਾਈ ਜੀ ਐਂ ਨਾ
तो जे अपा ने पनीरी बीजनी हो पनीरी वाले भी फेर दिता जी, इनू जो कई बार बारिश हो जाए टाइम पनीरी दे लंघ जाए भी टाइम भी बारिश पैगी बीजने तो उद भी फेरी है जी मैं ये। तो हल्दी हुल्दी जो छोटा मोटा काम होंगे जी सारे काम दी आप सही चलती है। तो थोनू भीर जी मैं दिखाता जी आ जाओ। तो पहला भीर जी ये 5 इंच तो 23 जद असी लिया थी ये आह जे ये फाले बनाए हुए जी उन्होंने ये 5 इंच तो 23 जद असी चलाते थे जी इनू तो गूला लगता था जी ये बिच पिछे खब्बल कट्ठा हो जाता था जी। तो असी 8 इंच तो कराती थी जी ये तो हूँ एन सही चलती है जी नॉर्मल। तो जे कल्ले बंदे ने माड़ा मोटा काम करना हो जी तो कल्ला बंदा भी बाई जी इनू चला सकता जिमें हुण गन्ने नू जोर लगता है जी तो असी 3 जने चलाउंदे आ पिछली साइड तो एक बंदा बंदा धक्की जांदा है जी इनू गाहां नू ते 2 बंदे मूहरे खिंचदे आ जी इनू तरफाली नू। इहदा खर्चा भीर जी कुछ भी नहीं हैगा जी आपां ने अपनी तैयार भी करवाउणी होवे ते 1000 रुपए का समान मसा लगूंगा जी मेरे हिसाब नाल तां इनू। ते मूहरे टायर भी लग्या होया भीर जी दे क्योंकि टायर नाल रुड़दी है जी ये बैरिंग लग्या होया जी टायर च। ते आ 2 पत्तियां जी सीधियां ही पत्तियां खड़ियां हुंदियां उरे ते आ बस सिंपल है जी इहदा। तो एक आ चुल्हा बनाया भाई जी उन्होंने मगर आ हल वाला जगाड़ बनाया भाई जी दे नॉर्मल है जी जमा ही कोई चक्कर नहीं जी। आ पत्ती इन्होंने गारे करके लाई हुई है जी जी आ पत्ती लगी हुई है जी भी जे टायर नू किते गिले गुले च माड़ा मोटा गारा लगता तो यह तारी जाती है जी। तो बाकी पहला ये थोड़ी जी छोड़ती जी उरे तक ती पहला जा लियांदी है जी आपां ने ये तो बाद में आपां ने लंबी कराई है जी थोड़ी जी धक्कण वास्ते थोड़ा जिहा जोर ज़्यादा लगता तो हुण नॉर्मल चली जाती है जी। आ हथ लंबा करवाते हैं तो जी इहदा बाकी 1000 रुपये का प्रोजेक्ट है भीर जी सारा ये बहुता खर्चा नहीं काम पूरा दिंदी है जी एन जे किसी भीर ने मेरे ने लेनी हो लेनी तो कहनू है जी अपनी भीर जी कोई खराद वाला होना जी थोड़े पिंड उते तैयार करवा लो सब तो थोड़ा सस्ती पैनी है ऊँ थोड़ू महंगी मिलूंगी जे तुसी मुल ले जी जे अपना लोहा लेके तैयार कराओगे तो माड़ा मोटा खर्चा होना जी ये पर कम सारे कर दिए जी पूरा वधिया चलती है जी एन। तो भीर जी इधर आह गन्ना जी देख लो इहदियां गड़ाइयां करियां जी इहदे नाल मैं आप तो नॉर्मल कोई कख का डक्का नहीं है जी ठीक है जी एन गन्ना बना तो 10000 रुपया बनना था जी मेरा गड़ाइया का ईदियाँ का जी 10 तो भी ज़्यादा ही बन जाना था जोड़ा मैं 1000 रुपये की तरफाली नाल जी आपे करती है सारिया गड़ाइया यदि 1000 रुपया खर्चा जी बस सारा तरफाली का। तो इन्ना एक रिव्यू था भीर जी तरफाली का चलते हैं जी हूँ घर सत श्रीकाल भीर जी सारियां नूं।